ਲੁਧਿਆਣਾ ਦੇ ਗਿੱਲ ਰੋਡ ਸਥਿਤ ਸੈਂਟਰਲ ਮਾਰਕੀਟ ਵਿਖੇ ਪੁਰਾਣੇ ਪਲਾਸਟਿਕ ਤੋਂ ਪਲਾਸਟਿਕ ਦਾ ਦਾਣਾ ਬਣਾਉਣ ਵਾਲੀ ਇੱਕ ਅਹੂਜਾ ਇੰਟਰਪ੍ਰਾਈਜ਼ਸ ਇੰਡੀਆ ਨਾਮਕ ਫੈਕਟਰੀ ਨੂੰ ਸਵੇਰੇ 11 ਵਜੇ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਦੇ ਨਾਲ ਲੱਗਦੀਆਂ 3 ਫੈਕਟਰੀਆਂ ਵੀ ਚਪੇਟ ਵਿੱਚ ਆ ਗਈਆਂ। ਲੋੜੀਂਦੀ ਜਾਣਕਾਰੀ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ ਦੱਸੀ ਜਾ ਰਹੀ ਹੈ। ਫੈਕਟਰੀ ਵਿੱਚ ਪਲਾਸਟਿਕ ਦੇ ਮਟੀਰੀਅਲ ਨਾਲ ਭਰੀਆਂ ਬੋਰੀਆਂ ਕਾਰਨ ਅੱਗ ਦੇ ਜਲਦ ਹੀ ਭਿਆਨਕ ਰੂਪ ਧਾਰ ਲਿਆ। ਫਾਇਰ ਸਰਵਿਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਤੱਕ ਕਰੀਬ 10 ਤੋਂ ਵੱਧ ਫਾਇਰ ਸਰਵਿਸ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਫਾਇਰ ਅਫਸਰ ਅਨੁਸਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਕਾਰਨ ਭਾਅ ਜੀ, ਮੈਂ ਮੋਟਰਸਾਈਕਲ 'ਤੇ ਲੰਘ ਰਿਹਾ ਸੀ, ਮੈਂ ਤਾਂ ਇੱਥੇ ਅੱਗ ਦਾ ਮਾਹੌਲ ਦੇਖਿਆ। ਜਦੋਂ ਅਸੀਂ ਬਿਜਲੀ ਬੋਰਡ ਨੂੰ ਕਹਿਤਾ, ਉਹਨਾਂ ਨੇ ਲਾਈਟ ਬੰਦ ਕਰਤੀ, ਪੁਲਿਸ ਨੂੰ ਇਨਫੋਰਮ ਕਰਤਾ, ਕਾਰਪੋਰੇਸ਼ਨ ਨੂੰ ਇਨਫੋਰਮ ਕਰਤਾ। ਉੱਥੇ ਬੇਸਿਕਲੀ ਪਲਾਸਟਿਕ ਦਾ ਮਟੀਰੀਅਲ ਹੈ, ਪਲਾਸਟਿਕ ਮਟੀਰੀਅਲ ਨੂੰ ਅੱਗ ਲੱਗੀ ਹੈ ਅਤੇ ਉਹਦੇ ਕਾਰਨ ਸਾਰੇ ਤਾਂ ਬਾਅਦ 'ਚ ਹੀ ਪਤਾ ਲੱਗਣਗੇ। ਫਿਲਹਾਲ ਸਾਡੀ ਪ੍ਰਾਇਓਰਟੀ ਤਾਂ ਇਹ ਆ ਕਿ ਬੇਂਗ ਸਰਕਾਰ ਦੇ ਨੁਮਾਇੰਦੇ ਇਹ ਅੱਗ ਨੂੰ ਇਹ ਕਾਬੂ ਪਾ ਜਾਈਏ ਤਾਂ ਕਿ ਕਿਸੇ ਜਾਨੀ ਮਾਲੀ ਨੁਕਸਾਨ ਨਾ ਹੋਵੇ। ਕਿੰਨਾ ਕੁ ਨੁਕਸਾਨ ਹੋ ਰਿਹਾ? ਨੁਕਸਾਨ ਭਾਅ ਜੀ, ਹਾਲੇ ਤਾਂ ਅੱਗ ਬੁੱਝ ਨਹੀਂ ਰਹੀ, ਪਾਣੀ ਦੇ ਨਾਲ ਦੱਬ ਰਹੀ ਹੈ। ਮੈਨੂੰ ਲੱਗਦਾ ਜਦ ਤੱਕ ਇਹਨੂੰ ਟਾਈਮ ਲੱਗੇਗਾ ਬੁੱਝਣ ਨੂੰ। ਅਤੇ ਨਾਲ ਫੈਕਟਰੀਆਂ ਲੱਗਦੀਆਂ ਕਿਹੜੀਆਂ ਨੇ? ਨਾਲ ਫੈਕਟਰੀ ਨਾਲ ਧਵਨ ਇੰਡਸਟਰੀ ਵਾਲੇ ਨੇ, ਬਾਕੀ ਉਹ ਸਾਰੇ ਜਿਨ੍ਹਾਂ ਦਾ ਪਲਾਸਟਿਕ ਦਾ ਡਾਊਨ ਹੈ ਉਹਨਾਂ ਦੇ 3-4 ਫੈਕਟਰੀਆਂ ਨੇ। ਉਹਦੇ ਕਰਕੇ ਸਾਨੂੰ ਰੱਬ ਵੱਲੋਂ ਇਮੀਡੀਏਟ ਮਤਲਬ ਕਾਰਵਾਈ ਹੋ ਗਈ, ਅਸੀਂ ਮੌਕੇ 'ਤੇ ਮੌਜੂਦ ਸੀ ਅਤੇ ਕੰਟਰੋਲ ਕਰ ਰਹੇ ਸੀ। ਸਾਬਕਾ ਕੌਂਸਲਰ ਸਰਬਜੀਤ ਸਿੰਘ, ਅੱਜ ਮੁਰਾਦਪੁਰਾ ਸਟਾਰ ਕਟਰ ਵਾਲੀ ਗਲੀ ਦੇ ਵਿੱਚ ਤਕਰੀਬਨ 1.5 ਘੰਟੇ ਹੋ ਗਏ, ਸਮਾਂ ਤਕਰੀਬਨ 12 ਵੱਜ ਚੁੱਕੇ ਨੇ। 10:30 ਵਜੇ ਦੀ ਅੱਗ ਲੱਗੀ ਹੋਈ ਆ। ਤਕਰੀਬਨ 15 ਤੋਂ 17 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ। ਕੀ ਕਾਰਨ ਸੀਗਾ ਜੀ ਅੱਗ ਲੱਗਣ ਦਾ? ਇਹ ਸ਼ਾਰਟ ਸਰਕਟ ਦਾ ਜੋ ਦੱਸ ਰਿਹਾ ਫੈਕਟਰੀ ਮਾਲਕ, ਸ਼ਾਰਟ ਸਰਕਟ ਹੋਇਆ, ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਫੈਕਟਰੀ ਦੇ ਅੰਦਰ ਕੀ ਪਿਆ? ਪੋਲੀਥੀਨ ਪਈ ਆ, ਸਾਰਾ ਪਲਾਸਟਿਕ ਦਾ ਜਿੰਨਾ ਵੇਸਟ ਮਟੀਰੀਅਲ ਆ, ਅਤੇ ਪਲਾਸਟਿਕ ਦੀ ਫੈਕਟਰੀ ਆ, ਇੱਥੇ ਗੱਟਾ ਬਣਦਾ ਪਲਾਸਟਿਕ ਦਾ, ਉਹ ਇਹਨਾਂ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ। ਤਕਰੀਬਨ ਪੂਰੀ ਕਾਰਪੋਰੇਸ਼ਨ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਬੜੇ ਮੁਸਤੈਦੀ ਦੇ ਨਾਲ ਕੰਮ ਕਰ ਰਹੇ ਨੇ। ਉਮੀਦ ਆ ਕਿ ਘੰਟੇ, ਜੋ ਮੁਲਾਜ਼ਮ ਦੱਸ ਰਹੇ, ਘੰਟੇ 1.5 ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ। ਪਲਾਸਟਿਕ ਦਾ ਸਾਰਾ ਰੋ ਮਟੀਰੀਅਲ ਕੀ ਹੈ? ਰੋ ਮਟੀਰੀਅਲ ਹੈ, ਵੇਸਟੇਜ ਤੋਂ ਫਰੈਸ਼ ਮਟੀਰੀਅਲ ਤਿਆਰ ਕਰਦੇ ਨੇ। ਸਾਨੂੰ ਹੋ ਗਿਆ 1/2 ਘੰਟਾ ਇਹਨਾਂ ਤਲਾਹ ਕੀਤੀ ਨੂੰ, ਉੱਥੇ ਬਾਅਦ ਮੌਕੇ 'ਤੇ ਪਹੁੰਚ ਗਏ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤਲਾਹ ਕੀਤੀ, ਉਹ ਪਹੁੰਚਿਆ ਫਟਾਫਟ, ਹੁਣ ਅੱਗ 'ਤੇ ਕੰਟਰੋਲ ਕਰ ਰਹੇ ਹਾਂ। ਅਤੇ ਕੀ ਨੁਕਸਾਨ ਹੋਇਆ ਜੀ? ਨੁਕਸਾਨ ਹਾਲੇ ਕੋਈ ਪਤਾ ਨਹੀਂ, ਹਾਲੇ ਅੱਗ ਚੱਲ ਰਹੀ ਆ। ਅਤੇ ਅੰਦਰ ਮਟੀਰੀਅਲ ਕੀ ਸੀਗਾ ਜੀ? ਮਟੀਰੀਅਲ ਦਾ ਪਤਾ ਕਰਾਂਗੇ ਨਾ ਫੈਕਟਰੀ ਵਾਲੇ ਤੋਂ ਵੀ ਕੀ ਆ। ਸਰਕਾਰ ਨੇ ਪਲਾਸਟਿਕ ਦੇ ਮਟੀਰੀਅਲ ਦੇ ਉੱਤੇ ਰੋਕ ਲਗਾ ਰੱਖੀ ਹੈ। ਹਾਂ, ਅਤੇ ਇਹ ਤੁਸੀਂ ਮਤਲਬ ਦੇਖੋ ਵੀ ਕਾਰਵਾਈ ਕੀ ਹੋਊਗੀ? ਕਾਰਵਾਈ ਬਾਅਦ ਦੇਖਦੇ ਹਾਂ ਨਾ, ਪਹਿਲਾਂ ਅੱਗ ਬੁਝਾ ਰਹੀ ਹੈ, ਪਹਿਲਾਂ ਕੰਟਰੋਲ ਕਰ ਲਈ ਅੱਗ 'ਤੇ। ਜਿਹੜੀ ਸਰ ਅੱਗ ਲੱਗੀ ਆ ਅੱਜ, ਕੀ ਕਾਰਨਾਂ ਕਰਕੇ? ਇਹ ਕਾਰਨ ਦਾ ਨਹੀਂ ਪਤਾ ਜੀ, ਕਿਸ ਕਾਰਨ ਲੱਗੀ ਹੈ ਇਹ ਤਾਂ ਇਹ ਮਾਲਕ ਦੱਸ ਸਕਦੇ ਆ। ਸਾਨੂੰ ਤਾਂ 11:15 ਵਜੇ ਟੈਲੀਫੋਨ ਆਇਆ ਸੀਗਾ ਕਿ ਸੈਂਟਰ ਮਾਰਕੀਟ ਗਿੱਲ ਰੋਡ ਅਹੂਜਾ ਇੰਟਰਪ੍ਰਾਈਜ਼ ਦੇ ਅੱਗ ਲੱਗੀ ਆ। ਅਸੀਂ 4-5 ਗੱਡੀਆਂ ਲੈ ਕੇ ਆਏ ਹਾਂ ਅਤੇ ਹੋਰ ਵੀ ਗੱਡੀਆਂ ਸੱਦ ਲਈਆਂ ਅਤੇ ਅੱਗ ਬੁਝਾਉਂਦੇ ਪਏ ਹਾਂ। ਅਤੇ ਸਰ ਕੀ ਮਟੀਰੀਅਲ ਕੀ ਅੰਦਰ ਪਿਆ? ਅੰਦਰ ਪਲਾਸਟਿਕ। ਪਲਾਸਟਿਕ ਪਲਾਸਟਿਕ ਕਿੰਨਾ ਨੁਕਸਾਨ ਹੋ ਗਿਆ? ਇਹ ਤਾਂ ਮਾਲਕ ਦੱਸਣਗੇ, ਸਾਨੂੰ ਨੁਕਸਾਨ ਦਾ ਨਹੀਂ ਪਤਾ ਹੁੰਦਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।